ਹੈਲੋ ਗਾਇਜ਼, ਕਿਵੇਂ ਹੋ ਸਾਰੇ? ਆਈ ਹੋਪ ਸਾਰੇ ਵਧੀਆ ਹੋਣਗੇ। ਖੁਸ਼ ਰਹੋ ਯਾਰ, ਕੁਛ ਨਹੀਂ ਪਤਾ ਕਦੋਂ ਪਟਾਕਾ ਵੱਜ ਜਾਣਾ। ਐਨੀਵੇ, ਅਸੀਂ ਮਜ਼ਾਕ ਸੀਗਾ ਅਤੇ ਮੇਰਾ ਇਹ ਪ੍ਰੀ ਵਰਕਆਊਟ ਡਰਿੰਕ ਤਿਆਰ ਹੋ ਰਿਹਾ। ਕੌਫੀ ਦੇ ਕੇ, ਕੌਫੀ ਦੋਨੋਂ ਹੀ ਮੁੱਕ ਗਈਆਂ, ਪਤਾ ਨਹੀਂ ਕਾਹਤੇ ਸਜਾ ਕੇ ਰੱਖੀ ਘਰਦਿਆਂ ਨੇ। ਮੈਨੂੰ ਯਾਦ ਆ ਗਿਆ ਫਿਰ ਕਿ ਮੇਰੇ ਕੋਲ ਫਰਿੱਜ 'ਚ ਇੱਕ ਪਾਊਚ ਪਿਆ, ਫਿਰ ਮੈਂ ਜਲਦੀ ਜਲਦੀ ਕੱਢਿਆ, ਮੈਂ ਵਿੱਚ ਪਾਇਆ, ਫਿਰ ਮੈਂ ਉਹ 'ਚ ਨਿੰਬੂ ਵੀ ਪਾਤਾ। ਮੇਰੀ ਇਹ ਬਲੈਕ ਕੌਫੀ ਡਰਿੰਕ ਬਣ ਗਈ। ਅਤੇ ਸਭ ਤੋਂ ਜ਼ਿਆਦਾ ਮੁਸ਼ਕਿਲ ਕੰਮ ਹੁੰਦਾ ਇਹਨੂੰ ਪੀਣਾ। ਮੈਂ ਸੋਚ ਰਹੀ ਸੀ ਮੈਂ ਪੀਵਾਂ ਨਹੀਂ ਪੀਵਾਂ, ਪੀਵਾਂ ਨਹੀਂ ਪੀਵਾਂ, ਪੀ ਲੈਂਦੀ ਯਾਰ। ਫਿਰ ਮੈਂ ਪੀ ਲਿਆ ਫਾਈਨਲੀ, ਜਦੋਂ ਮੈਂ ਪੀਤਾ ਸੋ ਯਮੀ, ਸੱਚੀ ਸਵਾਦ ਹੁੰਦਾ, ਬਾਅਦ 'ਚ ਸਵਾਦ ਲੱਗਣ ਲੱਗ ਜਾਂਦਾ। ਫਿਰ ਮੈਂ ਜਦੋਂ ਟਾਈਮ ਦੇਖਿਆ ਬਈ 28 ਹੋ ਗਏ, ਮੈਂ ਭੱਜਿਆ ਬਾਹਰ ਨੂੰ, ਹਨੇਰਾ ਹੀ ਹੋਇਆ ਪਿਆ ਸੀਗਾ, ਔਖਾ ਸੀਗਾ ਕਾਫੀ, ਲੱਗ ਗਿਆ। ਮੈਂ ਤਾਲਾ ਲਾਇਆ, ਚੰਗੀ ਤਰ੍ਹਾਂ ਚੈੱਕ ਕੀਤਾ, ਖੁੱਲ੍ਹਤਾ ਨਹੀਂ ਪਿਆ। ਫਿਰ ਮੈਂ ਜਦੋਂ ਬਾਹਰ ਦੇਖਿਆ ਯਾਰ, ਠੰਡ ਵੀ ਸੀਗੀ ਕਾਫੀ ਲੱਗ ਰਹੀ, ਅਤੇ ਮੈਨੂੰ ਲੱਗਿਆ ਮੀਂਹ ਪਿਆ ਹੋਇਆ ਸ਼ਾਇਦ ਜ਼ਿਆਦਾ ਬਾਹਰ। ਮੈਂ ਸਕੂਟੀ ਬਾਹਰ ਕੱਢੀ ਅਤੇ ਮੈਂ ਜਾਣ ਲੱਗਿਆ, ਤਾਂ ਮੈਂ ਧੇਰੀ ਦੀ ਜਦੋਂ ਮੈਂ ਦੇਖਿਆ ਤਾਂ ਮੈਂ ਕਿਹਾ ਤਾਂ ਕਿਸੇ ਨੇ ਮੋਟਰ ਹੀ ਛੱਡਤੀ ਸੀਗੀ, ਪਾਣੀ ਪਾਣੀ ਕਰਤਾ ਪੂਰੀ ਕਲੋਨੀ 'ਚ। ਬਾਹਰ ਨਿਕਲਿਆ, ਫਿਰ ਮੈਂ ਇੱਕ ਅੰਕਲ ਦੇਖੇ, ਵਿਚਾਰੇ ਮੇਰੀ ਤਰ੍ਹਾਂ ਪਤਲੇ ਹੋਣ ਵਾਸਤੇ ਮੋਰਨਿੰਗ ਵਾਕ ਕਰ ਰਹੇ ਹੈ, ਅਤੇ ਮੈਂ ਜਾ ਰਿਹਾ ਸੀਗਾ ਜਿਮ ਨੂੰ, ਚਲੋ ਅੱਜ ਦੇ ਲਈ ਇੰਨਾ ਕਾਫੀ ਹੈ। ਬਾਏ ਬਾਏ ਗਾਇਜ਼, ਡੂ ਲਾਈਕ ਸ਼ੇਅਰ ਕਮੈਂਟ।